ਇਹ ਇੱਕ ਬਹੁਤ ਹੀ ਸਸਤਾ ਮਾਡਲ ਹੈ ਸਟੈਟਿਕ ਇਲੈਕਟ੍ਰਿਸਿਟੀ ਨੂੰ ਸਮਝਣ ਦੇ ਲਈ। ਤੁਹਾਨੂੰ ਇੱਕ ਰਬੜ, ਉੱਨ, ਰੀਫਿਲ, ਦੋ ਸਟਰੋਜ਼, ਇੱਕ ਪਿੰਨ ਆਦਿ ਚਾਹੀਦਾ ਹਨ। ਹੁਣ ਇੱਕ ਬਾਲ ਪੈਨ ਦੇ ਰੀਫਿਲ ਨੂੰ ਇੱਕ ਰਬੜ ਵਿੱਚ ਖੜਾ ਕਰ ਲਓ। ਹੁਣ ਸਟਰੋ ਦੇ ਮੱਧ ਵਿੱਚ ਮੋਰੀ ਕਰਕੇ ਉਸ ਵਿੱਚ ਪਿੰਨ ਫਸਾ ਲਓ, ਉਸ ਨੂੰ ਰੀਫਿਲ ਉੱਤੇ ਖੜਾ ਕਰੋ। ਸਟਰੋ ਪਿੰਨ ਆਰਾਮ ਨਾਲ ਘੁੰਮੇਗਾ ਅਤੇ ਉੱਨ ਦੇ ਨਾਲ ਸਟਰੋ ਦੇ ਕੋਨਿਆਂ ਨੂੰ ਰਗੜੋ, ਇਸ ਨੂੰ ਚਾਰਜ ਪ੍ਰਦਾਨ ਕਰੇਗਾ। ਇਸ ਤਰ੍ਹਾਂ ਸਟਰੋ ਇਲੈਕਟ੍ਰੀਕਲੀ ਚਾਰਜ ਹੋ ਜਾਵੇਗਾ। ਅਜਿਹਾ ਹੀ ਮੋਟੀ ਸਟਰੋ ਦੇ ਨਾਲ ਵੀ ਕਰੋ। ਹੁਣ ਯੈਲੋ ਮੋਟੀ ਸਟਰੋ ਇੱਕ ਜਾਦੂ ਦੀ ਛੜੀ ਵਾਂਗ ਲੱਗੇਗੀ। ਜਦੋਂ ਤੁਸੀਂ ਉਸ ਨੂੰ ਚਿੱਟੀ ਸਟਰੋ ਦੇ ਕੋਲ ਲੈ ਜਾਓਗੇ ਤਾਂ ਉਹ ਰਿਪੈਲ ਕਰੇਗੀ ਅਤੇ ਬਹੁਤ ਵਧੀਆ ਘੁੰਮੇਗੀ। ਇੱਥੇ ਤੁਸੀਂ ਬੱਚਿਆਂ ਨੂੰ ਆਨੰਦ ਮਾਣਦੇ ਦੇਖ ਸਕਦੇ ਹੋ।